ਵਿਸ਼ੇ ਤੇ ਅੱਜ ਅਸੀਂ ਸਾਰੇ ਬੈਠੇ ਆ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਕੁ ਅੱਜ ਹਾਲਾਤ ਜਿਹੜੇ ਪੰਜਾਬ ਦੇ ਆ ਸਾਰੇ ਬੜੇ ਚਿੰਤਾ ਚ ਹੈ ਬੜੇ ਫਿਕਰਮੰਦ ਹੈ ਕਿ ਇਹ ਸੂਬਾ ਜਾ ਕਿੱਧਰ ਨੂੰ ਰਿਹਾ ਹੈ ਇਹ ਹਾਲਾਤ ਜਾ ਕਿੱਧਰ ਨੂੰ ਰਿਹਾ ਹੈ ਅੱਜ ਸਰਕਾਰ ਨਾਂ ਦੀ ਕੋਈ ਚੀਜ਼ ਇਸ ਸੂਬੇ ਦੇ ਵਿੱਚ ਹੈ ਵੀ ਕਿ ਨਹੀਂ ਹੈ ਕੋਈ ਐਡਮਿਨਿਸਟ੍ਰੇਸ਼ਨ ਕੋਈ ਕੰਟਰੋਲ ਨਾ ਦੀ ਚੀਜ਼ ਇਸ ਸੂਬੇ 'ਚ ਹੈ ਕਿ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਢਾਲ ਬਣਾ ਕੇ ਥਾਣਿਆਂ ਤੇ ਹਮਲੇ ਹੋਣ ਲੱਗ ਗਏ ਮਾੜੇ ਤੋਂ ਮਾੜੇ ਹਾਲਾਤਾਂ 'ਚ ਇਹੋ ਜਿਹੇ ਇਨਸੀਡੈਂਟਸ ਇਹੋ ਜਿਹੇ ਵਾਕਏ ਨਹੀਂ ਹੋਏ ਸੀ ਪੁਲਿਸ ਕੁੱਟੀ ਜਾਂਦੀ ਹੈ ਐਸਪੀ ਦਾ ਸਿਰ ਪਾੜਿਆ ਜਾਂਦਾ ਅੱਜ 6 ਦਿਨ ਹੋ ਗਏ ਉਹਨਾਂ ਦੋਸ਼ੀਆਂ ਤੇ ਐਫਆਈਆਰ ਵੀ ਦਰਜ ਨਹੀਂ ਹੋਈ ਅਜੇ ਤੱਕ ਜੇਲ੍ਹਾਂ 'ਚ ਬੈਠੇ ਕ੍ਰਾਈਮ ਸਿੰਡੀਕੇਟ ਚਲਾ ਰਹੇ ਆ ਗੈਂਗਸਟਰਸ ਜੇਲ੍ਹਾਂ 'ਚ ਬੈਠੇ ਮਰਡਰ ਐਕਸਟਰਸ਼ਨ ਕਿਡਨਾਪਿੰਗਸ ਨੂੰ ਅੰਜਾਮ ਦੇ ਰਹੇ ਆ ਤੁਸੀਂ ਇਹ ਹਾਲਾਤ ਵੇਖੋ ਪੰਜਾਬ 'ਚ ਕਿ ਜੇਲ੍ਹਾਂ 'ਚੋਂ ਬੈਠੇ ਗੈਂਗਸਟਰ ਬਾਹਰ ਕ੍ਰਾਈਮ ਕਰਾ ਰਹੇ ਆ ਤੇ ਬਾਹਰ ਬੈਠੇ ਗੈਂਗਸਟਰ ਜੇਲ੍ਹਾਂ 'ਚ ਮਰਡਰ ਕਰਾ ਰਹੇ ਆ ਇੱਕ ਨਵੇਂ ਤਰ੍ਹਾਂ ਦੇ ਹਾਲਾਤ ਬਣ ਗਏ ਤੁਸੀਂ ਉਸ ਕੱਲ ਉਹ ਜੇਲ੍ਹ ਚ ਸਿੱਧੂ ਮੂਸੇ ਵਾਲੇ ਦੇ ਜਿਹੜੇ ਦੋ ਮੇਨ ਅਕਿਊਜ਼ਡ ਮਾਰੇ ਗਏ ਆ ਉਹਦੀ ਜ਼ਿੰਮੇਵਾਰੀ ਕੌਣ ਲਊਗਾ ਜੇਲ੍ਹ ਚ ਕਦੇ ਜੀ ਫਲਾਣੇ ਨੇ ਜ਼ਿੰਮੇਵਾਰੀ ਬਾਹਰ ਬੈਠੇ ਨੇ ਲੈ ਲਈ ਪਰ ਜੇਲ੍ਹ ਮੰਤਰੀ ਦੀ ਜ਼ਿੰਮੇਵਾਰੀ ਹੈ ਇਹ ਜੇ ਮੁੱਖ ਜੇ ਮੁੱਖ ਅਕਿਊਜ਼ਡ ਜਾਂ ਮੁੱਖ ਗਵਾਹ ਕਿਤੇ ਮਾਰੇ ਜਾਂਦੇ ਆ ਜੇਲ੍ਹਾਂ ਦੇ ਵਿੱਚ ਤਾਂ ਜ਼ਿੰਮੇਵਾਰੀ ਤਾਂ ਕਿਤੇ ਨਾ ਕਿਤੇ ਫਿਕਸ ਕਰਨੀ ਪੈਣੀ ਹੈ ਰੌਕਟ ਲਾਂਚਰਾਂ ਨਾਲ ਹਮਲੇ ਹੁੰਦੇ ਆ ਇੰਟੈਲੀਜੈਂਸ ਹੈੱਡਕੁਆਰਟਰ ਤੇ ਹੋਗੇ ਪੁਲਿਸ ਥਾਣਿਆਂ ਤੇ ਹੋਗੇ ਕਤਲ ਕੱਲ 4 ਕਤਲ ਤਾਂ ਕੱਲ ਹੋਇਆ ਪੱਟੀ ਦਾ ਇੱਕ ਐਕਸ ਚੇਅਰਮੈਨ ਮਾਰਤਾ ਉਦੋਂ ਪਹਿਲਾਂ ਸਿੱਧੂ ਮੂਸੇ ਵਾਲੇ ਦਾ ਮਰਡਰ ਹੋਇਆ ਬੰਦੇ ਫੜੇ ਗਏ ਦਿੱਲੀ ਪੁਲਿਸ ਵੱਲੋਂ ਤੇ ਮਾਨਸਾ ਸੀਆਈਏ ਚੋਂ ਫਰਾਰ ਕਰਾ ਦਿੱਤੇ ਗਏ ਪੰਜਾਬ ਵੱਲੋਂ ਇਨ੍ਹਾਂ ਹਾਲਾਤਾਂ 'ਚ ਕ腐ਪਸ਼ਨ ਦਾ ਬੋਲਬਾਲਾ ਹੈ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਇਨਸਿਕਿਉਰਿਟੀ ਹਰ ਬੰਦੇ ਦੇ ਮਨ 'ਚ ਅਜ ਵੜ ਚੁੱਕੀ ਹੈ ਕਿ ਕੀ ਅਸੀਂ ਅੱਜ ਇੱਥੇ ਸੇਫ ਹੈ ਸਾਡੇ ਬੱਚਿਆਂ ਦਾ ਫਿਊਚਰ ਸੇਫ ਹੈ ਇਹ ਨਹੀਂ ਪਤਾ ਗੇਟ ਨਿਕਲੀਏ ਕੀ ਹਾਲਾਤ ਹੋ ਜਾਣੇ ਸੋ ਇਹਨਾਂ ਹਾਲਾਤਾਂ 'ਚ ਨਾਰਮਲੀ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਆਪਦੀ ਕਾਰਗੁਜ਼ਾਰੀ ਠੀਕ ਕਰਨ ਸਰਕਾਰਾਂ ਨੂੰ ਇਹਨਾਂ ਹਾਲਾਤਾਂ ਤੇ ਨੱਥ ਪਾਉਣੀ ਚਾਹੀਦੀ ਹੈ ਹਾਲਾਤ ਕੰਟਰੋਲ ਕਰਨੇ ਚਾਹੀਦੇ ਆ ਪਰ ਪੰਜਾਬ ਦੀ ਸਰਕਾਰ ਇਸ ਪਾਸੇ ਨੂੰ ਨਹੀਂ ਜਾ ਰਹੀ ਪੰਜਾਬ ਦੀ ਸਰਕਾਰ ਨੇ ਇੱਕ ਨਵਾਂ ਤਰੀਕਾ ਲੱਭਿਆ ਕਿ ਲੋਕਾਂ ਦਾ ਧਿਆਨ ਭਟਕਾ ਦਿਓ ਮੁੱਦੇ ਤੋਂ ਤੇ ਸੂਬਾ ਖਾਵੇ ਖਸਮਾਂ ਨੂੰ ਅੱਗਾ ਲੱਗੀ ਜਾਣ ਲੋਕਾਂ ਦਾ ਧਿਆਨ ਹੀ ਨਾ ਜਾਣ ਦਿਓ ਉਸ ਨੂੰ ਕਿ ਕੋ ਕਬੂਤਰ ਵਾਂਗੂ ਜੇ ਅੱਖਾਂ ਮੀਚ ਲਾਂਗੇ ਤਾਂ ਹਾਲਾਤ ਨਹੀਂ ਬਦਲਣੇ ਤੇ ਧਿਆਨ ਭਟਕਾਉਣ ਵਾਸਤੇ ਸਰਕਾਰ ਨੇ ਕੀ ਕੀਤਾ ਤੁਸੀਂ ਇਹ ਵੇਖੋ ਇੱਕ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਦਿਨ-ਬਦਨ ਵਿਗੜਦੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਤੇ ਲੋਕਾਂ ਦਾ ਜਿਹੜਾ ਵੱਧਦਾ ਰੋਸ ਹੈ ਉਹਦੇ ਤੋਂ ਧਿਆਨ ਭਟਕਾਉਣ ਵਾਸਤੇ ਹੁਣ ਸਰਕਾਰ ਨੇ ਕੀ ਕੀਤਾ ਕੋਟਕਪੂਰਾ ਫਾਇਰਿੰਗ ਕੇਸ ਚ ਇੱਕ ਝੂਠਾ ਮਨਕਰਤ ਬੇਬੁਨਿਆਦ ਬੇਸਲੈਸ ਆਧਾਰਹੀਨ ਇੱਕ ਚਲਾਨ ਇੱਕ ਡਾਕੂਮੈਂਟ ਪੇਸ਼ ਕਰਕੇ ਜਿਹਦੇ ਚ ਨਾਂ ਪਾ ਦਿੱਤੇ ਗਏ ਬਾਲ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਤਾਂ ਕਿ ਲੋਕਾਂ ਦਾ ਇਹਨਾਂ ਮੁੱਦਿਆਂ ਤੋਂ ਧਿਆਨ ਹਟ ਜੇ ਤੇ ਫਿਰ ਸਰਕਾਰ ਤੇ ਸਰਕਾਰੀ ਮਸ਼ੀਨਰੀ ਲਾਤੀ ਸਰਕਾਰ ਨੇ ਆਪਦੇ ਪਿੱਠੂ ਲਾਤੇ ਸਾਰੇ ਚਾਹੇ ਉਹ ਮੋਰਚਿਆਂ ਤੇ ਬੈਠੇ ਆ ਚਾਹੇ ਬਾਣਾ ਸਿੱਖੀ ਦਾ ਪਾਇਆ ਸਾਰੇ ਪਿੱਠੂ ਲਾ ਕੇ ਇਹ ਪ੍ਰਚਾਰ ਵੱਲ ਨੂੰ ਤੋਰਤਾ ਕਿ ਜੀ ਇਹ ਬੇਅਦਬੀ ਦੇ ਮਸਲਿਆਂ 'ਚ ਚਲਾਨ ਕਰਤਾ ਆ। ਆਪਦੀ ਮਸ਼ੀਨਰੀ ਵਰਤ ਕੇ ਲੋਕਾਂ ਨੂੰ ਗੁੰਮਰਾਹ ਵੀ ਕੀਤਾ ਜਾ ਰਿਹਾ ਹੁਣ। ਝੂਠੇ ਚਲਾਨ ਪੇਸ਼ ਕਰਨ ਤੋਂ ਬਾਅਦ ਇੱਕ ਗੁੰਮਰਾਹਕੂਨ ਪ੍ਰਚਾਰ ਚਲਾਤਾ। ਮੈਂ ਉਹ ਬਾਕੀ ਗੱਲਾਂ ਤੇ ਆਉਣ ਤੋਂ ਪਹਿਲਾਂ ਮੈਂ ਇਹ ਕਲੀਅਰ ਕਰ ਦਿਆਂ ਸਪਸ਼ਟ ਕਰ ਦਿਆਂ ਕਿਉਂਕਿ ਕਈ ਲੋਕਾਂ ਨੂੰ ਕਨਫਿਊਜ਼ਨ ਪੈਦਾ ਕਰ ਦਿੰਦੇ ਐ ਇੰਨਾ ਵੱਡਾ ਪ੍ਰਚਾਰ ਮਾਧਿਅਮੇ ਚ ਚਲਾਉਂਦੇ ਐ। ਮੈਂ ਕਲੀਅਰ ਕਰ ਦਿਆਂ ਕਿ ਇਹ ਵੱਖਰੇ ਕੇਸ ਹੈ ਜਿਹੜੀਆਂ ਜਿਹੜੇ ਇਨਸੀਡੈਂਟਸ ਹੈ ਇਹ ਤਿੰਨ ਵੱਖਰੇ ਇਨਸੀਡੈਂਟ ਹੈ ਸਭ ਤੋਂ ਦੁਖਦਾਈ ਘਟਨਾ ਮੰਦ ਭਾਗੀ ਘਟਨਾ ਜਿਹਦੀ ਮੈਂ ਪਹਿਲਾਂ ਵੀ ਕਿਹਾ ਜਿੰਨਾ ਚਿਰ ਜ਼ਿੰਦਗੀ ਰਹੂਗੀ ਉਨਾਂ ਚਿਰ ਦੁੱਖ ਰਹੂਗਾ ਕਿ ਬੇਅਦਬੀ ਦੀਆਂ ਘਟਨਾਵਾਂ 2015 ਚ ਹੋਈਆਂ ਤੇ ਸਾਡੀ ਸਰਕਾਰ ਦੌਰਾਨ ਹੋਈਆਂ ਇਸ ਗੱਲ ਦਾ ਹਮੇਸ਼ਾ ਦੁੱਖ ਰਹੂਗਾ ਇਸ ਗੱਲ ਦਾ ਵੀ ਨਾਲ ਦੁੱਖ ਰਹੂਗਾ ਕਿ ਉਸ ਦਿਨ ਤੋਂ ਬਾਅਦ ਇਹ ਤੇ ਲਗਾਤਾਰ ਸਿਆਸਤ ਹੀ ਕੀਤੀ ਗਈ ਪਾਰਟੀਆਂ ਨੇ ਹੁਣ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਆ ਉਹਦੇ 'ਚ ਵੀ ਮੈਂ ਲੋਕਾਂ ਨੂੰ ਦੱਸ ਦਿਆਂ ਕਿ 3 ਐਫ ਆਈ ਆਰਾਂ ਦਰਜ ਹੋਈਆਂ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚੋਰੀ ਹੋਈ ਜਿੱਤੋਂ ਬੁਰਜ ਜਵਾਰ ਸਿੰਘ ਵਾਲੇ ਤੋਂ ਪੋਸਟਰ ਲਾਏ ਗਏ ਬਰਗਾੜੀ ਤੇ ਮੁੜ ਕੇ ਗੁਰੂ ਸਾਹਿਬ ਦੇ ਅੰਗ ਖਿਲਾਰੇ ਗਏ ਇਹ 3 ਐਫ ਆਈ ਆਰਾਂ ਬੇਅਦਬੀ ਦੇ ਕੇਸ ਟੋਟਲ ਜਿਹੜਾ ਸੈਕ੍ਰੇਲੇਜ ਬੇਅਦਬੀ ਦਾ ਕੇਸ ਹੈ ਉਹਦੇ ਚ ਤਿੰਨ ਐਫਆਈਆਰ ਹਨ ਇਹਨਾਂ ਤਿੰਨਾਂ ਐਫਆਈਆਰਾਂ ਦੇ ਵਿੱਚ ਸਿਟ ਨੇ ਆਫ ਦੀ ਇਨਵੈਸਟੀਗੇਸ਼ਨ ਕਨਕਲੂਡ ਕਰਤੀ ਉਹਦੀ ਫਾਈਨਲ ਰਿਪੋਰਟ ਜਿਹੜੀ ਹੈ ਉਹ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਆ ਮੈਂ ਤੁਹਾਨੂੰ ਦਿਖਾ ਦਿਆਂ ਅਖਬਾਰ ਦੀ ਖਬਰ ਵੀ ਸਿਟ ਰਿਪੋਰਟ ਔਨ ਬਰਗਾੜੀ ਸੈਕ੍ਰੇਲੇਜ ਬਲੇਮਸ ਡੇਰਾ ਸੱਚਾ ਸੌਦਾ सीएम भगवंत मान हैंड्स ओवर रिपोर्ट टू सिख लीडर्स ਇਹ ਬੇਅਦਬੀ ਦੇ ਤਿੰਨੇ ਕੇਸਾਂ ਦੀ ਜਿਹੜੀ ਇਨਵੈਸਟੀਗੇਸ਼ਨ ਕੰਕਲੂਡ ਹੋਈ सीएम ਨੇ ਰਿਪੋਰਟ ਜਾਰੀ ਕੀਤੀ ਦੋਸ਼ੀ ਨਾਮਜ਼ਦ ਕੀਤੇ ਗਏ ਚਲਾਨ ਪੇਸ਼ ਹੋ ਗਿਆ ਟਰਾਇਲ ਚੱਲ ਪਿਆ ਤੇ ਇਹ ਕਹਿੰਦੇ ਆ ਕਿ ਇਹ ਬੇਅਦਬੀ ਦੇ ਕੇਸਾਂ ਚ ਮੈਂ ਇੱਕ ਹੋਰ ਦੱਸ ਦਿਆਂ ਅੱਜ ਮੈਨੂੰ ਪਤਾ ਲੱਗਿਆ ਕੁਝ ਪੱਤਰਕਾਰਾਂ ਵੱਲੋਂ ਕਿ ਇਸ ਜਿਹੜਾ ਬੇਅਦਬੀ ਦੇ ਕੇਸਾਂ ਦਾ ਟ੍ਰਾਇਲ ਹੈ ਉਹ ਤਾਂ ਇੱਥੋਂ ਅੱਜ ਕੋਰਟ ਨੇ ਸ਼ਿਫਟ ਕਰਕੇ ਚੰਡੀਗੜ੍ਹ ਕੋਰਟ ਚ ਭੇਜਤਾ ਤੇ ਤੁਹਾਡਾ ਤਾਂ ਚਲਾਨ ਹੀ ਫਰੀਦਕੋਟ ਦਾਖਲ ਹੋਇਆ ਸੋ ਇਹ ਹੈ ਬੇਅਦਬੀ ਦੇ ਕੇਸਸ ਇਹਨਾਂ ਕੇਸਾਂ 'ਚ ਜਿਹੜੀ ਰਿਪੋਰਟ ਪੇਸ਼ ਹੋਈ ਚਲਾਨ ਪੇਸ਼ ਹੋਇਆ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਲੀਡਰ ਜਾਂ ਵਰਕਰ ਦਾ ਦੂਰ ਦੂਰ ਤੱਕ ਦਾ ਇਹ ਸੰਬੰਧ ਸਥਾਪਿਤ ਨਹੀਂ ਕਰ ਸਕੇ ਕਿਸੇ ਦਾ ਨਾਂ ਨਹੀਂ ਉਹਦੇ ਵਿੱਚ ਸ਼ਾਮਿਲ ਕਰ ਸਕੇ ਬੇਅਦਬੀ ਦੇ ਕੇਸਾਂ ਦੀ ਜਿਹੜੀ ਚਲਾਨ ਪੇਸ਼ ਹੋਏ ਦੂਸਰਾ ਕੇਸ ਆਇਆ ਬੈਬਲ ਕਲਾਂ ਜਿੱਥੇ ਦੋ ਸਿੰਘ ਸ਼ਹੀਦ ਹੋਏ ਦੁਖਦਾਈ ਘਟਨਾ ਹੋਈ ਉੱਥੇ ਉਹਦਾ ਵੀ ਇੱਕ ਚਲਾਨ ਪੇਸ਼ ਹੋਇਆ ਕੁਮਰ ਵਿਜੇ ਪ੍ਰਤਾਪ ਨੇ ਪੇਸ਼ ਕੀਤਾ ਤੇ ਕੋਰਟ ਦੇ ਵਿੱਚ ਉਹ ਵੀ ਇੱਥੇ ਫਰੀਦਕੋਟ ਕੋਰਟ 'ਚ ਉਹਦੇ ਵਿੱਚ ਵੀ ਉਸ ਚਲਾਨ 'ਚ ਕਿਸੇ ਵੀ ਅਕਾਲੀ ਦਲ ਦੇ ਵਰਕਰ ਜਾਂ ਲੀਡਰ ਦਾ ਦੂਰ ਦੂਰ ਤੱਕ ਇਹ ਸੰਬੰਧ ਸਥਾਪਿਤ ਨਹੀਂ ਕਰ ਸਕਿਆ। ਉਸ ਵੇਲੇ ਦੀ ਸਰਕਾਰ ਦਾ ਕੋਈ ਉਹਦੇ 'ਚ ਰੋਲ ਨਹੀਂ ਸਥਾਪਿਤ ਕਰ ਸਕਿਆ। ਫਿਰ ਆਇਆ ਤੀਜਾ ਕੇਸ ਕੋਟਕਪੂਰੇ ਫਾਇਰਿੰਗ। ਜਿੱਥੇ ਕੋਟਕਪੂਰੇ ਧਰਨਾਕਾਰੀਆਂ 'ਚ ਤੇ ਪੁਲਿਸ ਦੇ ਵਿੱਚ ਉਸ ਵੇਲੇ ਝੜਖੋਈ। ਐਸ ਡੀ ਐਮ ਜਿਨੇ ਸੱਟ ਕੋਲੇ ਬਿਆਨ ਦਿੱਤੇ ਕਿ ਉਸ ਵੇਲੇ ਮੈਂ ਮੌਕੇ ਤੇ ਐਸ ਮੈਜਿਸਟਰੇਟ ਮੌਜੂਦ ਸੀ ਮੌਕੇ ਦੇ ਹਾਲਾਤਾਂ ਨੂੰ ਦੇਖ ਕੇ ਮੈਂ ਪੁਲਿਸ ਨੂੰ ਪਹਿਲਾਂ लाठी चार्ज ਦਾ ਮੁੜ ਕੇ ਪਾਣੀ ਦੀਆਂ ਬਿਛਾੜਾਂ ਦਾ ਮੁੜ ਕੇ ਫਾਇਰਿੰਗ ਦਾ ਮੈਂ ਆਰਡਰ ਦਿੱਤਾ ਉਹਨਾਂ ਨੂੰ ਆਗਿਆ ਦਿੱਤੀ ਤੇ ਐਸ ਡੀ ਐਮ ਅੱਜ ਵੀ ਆਪਦੇ ਬਿਆਨਾਂ ਤੇ ਹਰ ਸੱਟ ਚ ਹਰ ਕੋਰਟ ਚ ਉੱਥੇ ਕਾਇਮ ਹੈ ਉਹ ਕਹਿੰਦਾ ਉੱਥੇ ਤਾਂ ਹਾਲਾਤ ਇਹ ਬਣ ਗਏ ਸੀ ਤੇ ਮੈਂ ਟੈਲੀਫੋਨ ਕਰਕੇ ਕਿਹਨੂੰ ਪੁੱਛ ਲੈਣਾ ਸੀ ਮੈਂ ਕੀ ਕਰਾਂ ਮੈਂ ਮੌਕੇ ਦਾ ਮੈਜਿਸਟ੍ਰੇਟ ਸੀ ਮੈਂ ਦਿੱਤੇ ਹ ਹੁਕਮ ਉਹਦਾ ਉਸ ਇਨਸੀਡੈਂਟ 2015 ਦਾ ਇਨਸੀਡੈਂਟ ਹੈ 2018 ਦੇ ਵਿੱਚ ਅਜੀਤ ਸਿੰਘ ਨਾਂ ਦਾ ਬਰਨਾਲੇ ਦਾ ਸਾਡਾ ਵੀਰ ਜੀ ਦੇ ਪੱਟ 'ਚ ਗੋਲੀ ਵੱਜੀ ਸੀ ਉਹਨੂੰ 2018 'ਚ ਸਰਕਾਰ ਕਾਂਗਰਸ ਦੀ ਸਰਕਾਰ ਨੇ ਬੁਲਾ ਕੇ ਐਫ ਆਈ ਆਰ ਦਰਜ ਕਰਾਈ ਤੇ ਐਫ ਆਈ ਆਰ ਦੇ ਵਿੱਚ ਉਹਦੇ ਬਿਆਨ ਹੈ ਕਿ ਮੈਂ ਅੱਜ ਤੋਂ ਪਹਿਲਾਂ ਕਿਸੇ ਪੁਲਿਸ ਥਾਣੇ ਜਾਂ ਕਿਸੇ ਪੁਲਸ ਵਾਲੇ ਕੋਲੇ ਐਫ ਆਈ ਆਰ ਦਰਜ ਕਰਾਉਣ ਨਹੀਂ ਗਿਆ ਤਿੰਨ ਸਾਲ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਉਸ ਐਫ ਆਈ ਆਰ ਦੇ ਵਿੱਚ ਬਾਦਲ ਸਾਹਿਬ ਉਸ ਵੇਲੇ ਦੇ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਸ ਵੇਲੇ ਦੇ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਨੂੰ ਇਹ ਨਾਮਜ਼ਦ ਕਰ ਦਿੰਦੇ ਜੋ ਪਹਿਲਾਂ ਤਾਂ ਮੈਂ ਇਹ ਕਲੀਅਰ ਕਰਨਾ ਚਾਹੁੰਦਾ ਸੀ ਕਿ ਇਹ ਤਿੰਨ ਵੱਖਰੇ ਕੇਸ ਹੈ ਇਨਸੀਡੈਂਟ ਵੱਖਰੇ ਹੈ ਬੇਅਦਬੀ ਦੇ ਕੇਸਾਂ 'ਚ ਤਿੰਨੇ ਐਫ ਆਈ ਆਰਾਂ ਚ ਕਿਸੇ ਦਾ ਨਾਮ ਨਹੀਂ ਬੈਬਲ ਕਲਾਂ ਦੇ ਕੇਸ ਚ ਕਿਸੇ ਦਾ ਨਾਮ ਨਹੀਂ ਇਹ ਕੋਰਟ ਕਪੂਰੇ ਦੇ ਵਿੱਚ ਪਾਉਣ ਵਾਸਤੇ ਫਿਰ ਵੇਖੋ ਤਾਣਾ ਬਾਣਾ ਕਿੱਡਾ ਬੁਣਿਆ ਇਹਨਾਂ ਨੇ 7000 ਪੇਜ ਦਾ ਇੱਕ ਚਲਾਨ ਤਿਆਰ ਕੀਤਾ ਇਹਨਾਂ ਨੇ ਮੈਂ ਕੱਲ ਹੀ ਕਿਸੇ بڑے ਉੱਗੇ ਵਕੀਲ ਸਾਹਿਬ ਨਾਲ ਗੱਲ ਕਰ ਰਿਹਾ ਸੀ ਮੈਂ ਕਿਹਾ 307 ਦਾ ਕੇਸ ਹੈ ਤੇ ਕਿੰਨੇ ਸਫਿਆਂ ਦੇ ਆਮ ਤੌਰ ਤੇ ਚਲਾਨ ਆਉਂਦੇ ਹੈ ਕਹਿੰਦਾ ਜੀ 100 ਤੋਂ ਘੱਟ ਘੱਟ ਹੀ ਹੁੰਦੇ ਬੇਅਦਬੀ ਦੇ ਕੇਸ ਤਿੰਨੇ ਐਫ ਆਈ ਆਰਾਂ ਦੇ ਚਲਾਨ ਆਏ 500 ਪੇਜ ਦਾ ਚਲਾਨ ਹੈ ਬਾਈਬਲ ਕਲਾ ਦਾ ਚਲਾਨ ਆਇਆ ਹੈ 450 ਸਫੇ ਦਾ ਚਲਾਨ ਹੈ 7000 ਪੇਜ ਦਾ ਤਾਣਾ ਬਾਣਾ ਵੇਖੋ ਬੁਲਿਆ ਤੇ ਇਦੋਂ ਵੀ ਅੱਗੇ ਵੇਖੋ 6 ਫਰਵਰੀ ਨੂੰ ਐਸਆਈਟੀ ਵਾਲੇ ਇਸ਼ਤਿਹਾਰ ਦਿੰਦੇ ਆ ਕਿ ਅਸੀਂ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਨੀ ਚਾਹੁੰਦੇ ਆ ਅਸੀਂ ਲੱਗੇ ਆ ਕਿਸੇ ਸਿਰੇ ਨਹੀਂ ਲੱਗ ਰਹੀ ਤੇ ਜੇ ਕਿਸੇ ਕੋਲ ਇਹਦੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਸਾਨੂੰ 10 ਤਰੀਕ ਤੇ 14 ਤਰੀਕ ਨੂੰ ਸਾਡੇ ਨਾਲ ਸੰਪਰਕ ਕਰਕੇ ਸਾਨੂੰ ਉਹਦੀ ਜਾਣਕਾਰੀ ਦੇਵੇ 10 ਨੂੰ ਤੇ 14 ਨੂੰ ਲੋਕਾਂ ਨੇ ਸੰਪਰਕ ਕੀਤਾ ਜਿਹਨੂੰ ਕੋਈ ਜਾਣਕਾਰੀ ਸੀ ਉਹਨੇ ਜਾਣਕਾਰੀ ਦਿੱਤੀ ਹੁਣ ਤੁਸੀਂ ਇਹ ਵੇਖੋ ਉਸ ਤੋਂ ਬਾਅਦ 8 ਦਿਨਾਂ ਬਾਅਦ 14 ਤਰੀਕ ਤੱਕ ਕੁਝ ਨਹੀਂ ਸੀ ਇਹਨਾਂ ਕੋਲੇ 14 ਤਰੀਕ ਤੋਂ 8 ਦਿਨਾਂ ਬਾਅਦ 7000 ਪੇਜ ਦਾ ਚਲਾਨ ਵੀ ਤਿਆਰ ਹੋ ਗਿਆ ਇਹ ਕਿਹਨੂੰ ਮੂਰਖ ਬਣਾ ਰਿਹਾ 1000 ਪੇਜ ਆ ਰੋਜ਼ ਲਿਖ ਲੈਂਦੇ ਸੀ ਐਵਿਡੈਂਸ ਵੀ ਇਕੱਠਾ ਕੀਤਾ ਉਹਨੂੰ ਮਾਈਂਡ ਵੀ ਅਪਲਾਈ ਕੀਤਾ ਉਹਦੇ ਵਿੱਚ ਕੁਝ ਇਹ ਵੀ ਲਾਇਆ ਹੋਣਾ ਵੀ ਇਹਦੇ ਵਿੱਚ ਸੱਚ ਕੀ ਹੈ ਝੂਠ ਕੀ ਹੈ ਤੇ 7000 ਪੇਜ ਹਫਤੇ 'ਚ ਤਿਆਰ ਕਰਕੇ 1000 ਪੇਜ ਰੋਜ਼ ਲਿਖਦਾ ਇਹਨਾਂ ਨੇ ਆ ਮੈਂ ਤਾਂ ਹਲਕੇ ਯਾਦਵ ਤੇ ਉਹ ਨਾਲ ਇਹਦੇ ਅਗਰਵਾਲ ਤੇ ਉਹ ਖਰਾਣਾ ਮੈਂ ਤਾਂ ਉਹਨਾਂ ਨੂੰ ਕਹਿੰਦਾ ਇਹਨਾਂ ਨੂੰ ਤਾਂ ਗਿਨੀਜ਼ ਬੁੱਕੋ 월ਡ ਰਿਕਾਰਡ ਦਾ ਨਾਮ ਮਿਲਣਾ ਚਾਹੀਦਾ 1000 ਪੇਜ ਜਿਹੜਾ ਬੰਦੇ ਰੋਜ਼ ਲਿਖਦੇ ਨੇ ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਕੇਵਲ ਤੇ ਕੇਵਲ ਪੰਜਾਬ ਦੇ ਹਾਲਾਤਾਂ ਤੋਂ ਧਿਆਨ ਹਟਾਉਣ ਵਾਸਤੇ ਪਾਲ ਸਾਹਿਬ ਤੇ ਸੁਖਬੀਰ ਜੀ ਨੂੰ ਉਹਦੇ ਚ ਨਾਮਜ਼ਦ ਕੀਤਾ ਜਾਂਦਾ। ਹੁਣ ਵੇਖੋ ਤੁਸੀਂ ਇਹਦੇ ਚ ਇੱਕ ਚੀਜ਼ ਹੋਰ ਇੱਕ ਪਹਿਲੂ ਹੈ। ਫਿਕਸਡ ਮੈਚ ਵੇਖੋ ਕਿਵੇਂ ਚੱਲ ਰਿਹਾ। ਸਰਕਾਰ ਦੇ ਵਿੱਚ ਤੇ ਆਪ ਦੇ ਆਪ ਨੂੰ ਜਿਹੜੇ ਪੰਥਕ ਕਹੋਂਦੇ ਆ ਮੋਰਚਿਆਂ ਤੇ ਬੈਠੇ ਆ। ਫਿਕਸਡ ਮੈਚ ਵੇਖੋ ਸਰਕਾਰ ਵੱਲੋਂ ਤੁਣਕੇ ਮਾਰੇ ਜਾਂਦੇ ਆ। ਤੇ ਜਿਵੇਂ ਆਪਾਂ ਉਹ ਦੇਖਦੇ ਆ ਨਾ ਤੁਸੀਂ ਦੇਖਣ ਜਾਂਦੇ ਹੋਗੇ ਸਕਿੱਟ ਸਕੁੱਟ ਤੇ ਉਹ ਉਹ ਨੱਚਦੇ ਆ ਉਹੋ ਜਿਹਾ ਕੰਮ ਚੱਲ ਰਿਹਾ ਕਟ ਪੁਤਲੀਆਂ ਬਿਲਕੁਲ ਸਿਆਸਤ ਵੇਖੋ ਕਿਵੇਂ ਹੋ ਰਹੀ ਐ ਇਹ ਮੈਂ ਕਿਉਂ ਕਹਿ ਰਿਹਾ ਸਭ ਤੋਂ ਦੁਖਦਾਈ ਘਟਨਾ ਤਾਂ ਇਹ ਸਾਡੇ ਵੀ ਮੇਰੇ ਵੀ ਗੋਲੀ ਵੱਜ ਜੇ ਨਾ ਤੇ ਬੇਅਦਬੀ ਦੇ ਜਿਹੜਾ ਜੇ ਕੋਈ ਬੇਅਦਬੀ ਹੋਵੇ ਉਹਦੇ ਮੁਕਾਬਲੇ ਚੋ ਕੁਝ ਵੀ ਨਹੀਂ ਐ ਸਭ ਤੋਂ ਦੁਖਦਾਈ ਘਟਨਾਵਾ ਸਾਰੀ ਸਿੱਖ ਕੌਮਾਸਤੇ ਬੇਅਦਬੀ ਦੀਆਂ ਘਟਨਾਵਾਂ ਬੇਅਦਬੀ ਦੀਆਂ ਘਟਨਾਵਾਂ ਚ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਇਨਵੈਸਟੀਗੇਸ਼ਨ ਹੋਈ ਚਲਾਨ ਆਏ ਦੋਸ਼ੀ ਨਾਮਜ਼ਦ ਹੋਇਆ ਟ੍ਰਾਇਲ ਚੱਲ ਪਏ ਉਦੋਂ ਨਹੀਂ ਇਹ ਬੋਲੇ ਕਿ ਸਾਨੂੰ ਇਨਸਾਫ ਮਿਲ ਗਿਆ ਉਦੋਂ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਉਦੋਂ ਨਹੀਂ ਇਹਨਾਂ ਨੇ ਕਿਹਾ ਕਿ ਅਸੀਂ ਸ਼ੁਕਰਾਨਾ ਕਰਾਂਗੇ ਜਾਂ ਮਾਰਚ ਕਰਾਂਗੇ ਕਿਉਂ ਕਿਉਂਕਿ ਉਹਦੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦਾ ਜਾਂ ਬਾਦਲਾਂ ਦਾ ਨਾਂ ਨਹੀਂ ਸੀ ਬੈਬਲ ਕਲਾਂ ਦਾ ਚਲਾਨ ਆਇਆ ਐਂਡ ਐਂਡ ਵੇਖੋ ਵੱਡੀ ਗੱਲ ਮੋਰਚਾ ਕਿਸ ਨਾਂ ਤੇ ਐ ਬੇਅਦਬੀ ਇਨਸਾਫ ਮੋਰਚਾ ਸੋ ਜਦੋਂ ਬੇਅਦਬੀ ਦਾ ਇਨਸਾਫ ਹੋਇਆ ਉਦੋਂ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਕਿਉਂਕਿ ਇਹਨਾਂ ਨੂੰ ਤੇ ਇਹਨਾਂ ਦੇ ਆਕਾਵਾਂ ਨੂੰ ਪੋਲਿਟਿਕਲੀ ਸੂਟ ਨਹੀਂ ਕਰਦਾ ਸੀ ਉਹ ਫਿਰ ਬੈਬਲ ਇਨਸੀਡੈਂਟ ਤੇ ਆਜੋ ਦੁਖਦਾਈ ਬੜੀ ਘਟਨਾ ਐ ਉਹ ਦੋ ਸਿੰਘ ਸ਼ਹੀਦ ਹੋਏ ਉਹਦਾ ਚਲਾਨ ਪੇਸ਼ ਹੋਇਆ ਇਨਵੈਸਟੀਗੇਸ਼ਨ ਹੋਈ ਕੁਮਰ ਵਿਜੇ ਪ੍ਰਤਾਪ ਨੇ ਚਲਾਨ ਪੇਸ਼ ਕੀਤਾ ਉਦੋਂ ਨੇ ਇਹਨਾਂ ਨੇ ਕਿਹਾ ਕਿ ਸਾਨੂੰ ਇਨਸਾਫ ਮਿਲ ਗਿਆ ਕਿਉਂ ਕਿ ਉਹਦੇ 'ਚ ਵੀ ਕਿਸੇ ਅਕਾਲੀ ਦਾ ਜਾਂ ਬਾਦਲ ਸਾਹਿਬ ਦਾ ਨਾਂ ਨਹੀਂ ਸੀ ਇਹਨਾਂ ਨੂੰ ਇਨਸਾਫ ਉਦੋਂ ਮਿਲਿਆ ਜਦੋਂ ਕੋਟਕਪੂਰੇ ਦੇ ਇੱਕ ਫਾਇਰਿੰਗ ਦੇ ਕੇਸ 'ਚ ਜਿਹਦੇ 'ਚ ਇੱਕ ਸਾਡੇ ਭਰਾ ਦੇ ਪੱਟ 'ਚ ਗੋਲੀ ਵੱਜੀ ਹੈ ਉਹਦੇ ਕੇਸ 'ਚ ਜਦੋਂ ਬਾਦਲ ਸਾਹਿਬ ਨੂੰ ਤੇ ਸੁਖਬੀਰ ਜੀ ਨੂੰ ਨਾਮਜ਼ਦ ਕੀਤਾ ਇਹਨਾਂ ਨੂੰ ਇਨਸਾਫ ਉਦੋਂ ਮਿਲਿਆ ਇਹ ਸਮਝਣ ਦੀ ਲੋੜ ਹੈ ਇਹਨਾਂ ਦੇ ਇਨਸਾਫ ਦੀ ਪਰਿਭਾਸ਼ਾ 'ਚ ਤੇ ਸਿੱਖ ਕੌਮ ਤੇ ਸੰਗਤ ਦੀ ਇਨਸਾਫ ਦੀ ਪਰਿਭਾਸ਼ਾ 'ਚ ਬੜਾ ਅੰਤਰ ਹੈ ਇਨਾਂ ਦੀ ਇਨਸਾਫ ਦੀ ਪਰਿਭਾਸ਼ਾ ਹੈ ਕਿ ਬਾਦਲਾਂ ਦਾ ਨਾਮ ਆਵੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਆਵੇ ਸੰਗਤ ਦੀ ਇਨਸਾਫ ਦੀ ਪਰਿਭਾਸ਼ਾ ਹੈ ਕਿ ਦੋਸ਼ੀ ਅਸਲੀ ਫੜੇ ਜਾਣ ਟਰਾਇਲ ਹੋਵੇ ਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਜਿਵੇਂ ਮਲਕੇ ਕੇਸ ਚ ਹੋਇਆ ਇਹ ਅਕਤੂਬਰ ਦੀਆਂ ਦੁਖਦਾਈ ਘਟਨਾਵਾਂ ਜਿਹੜੀਆਂ ਬਰਗਾੜੀ ਹੋਈਆਂ ਉਸ ਤੋਂ ਬਾਅਦ ਮਲਕੇ ਬੇਅਦਬੀ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਨਵੰਬਰ ਚ ਸੈੱਟ ਬਣਾਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸਰਕਾਰ ਕੋਲੇ ਉਹਦੀ ਇਨਵੈਸਟੀਗੇਸ਼ਨ ਰਹੀ ਪੰਜਾਬ ਪੁਲਿਸ ਕੋਲੇ ਇਨਵੈਸਟੀਗੇਸ਼ਨ ਕਨਕਲੂਡ ਕੀਤੀ ਮੁਲਜ਼ਮ ਦੋਸ਼ੀ ਨਾਮਜ਼ਦ ਕੀਤੇ ਟ੍ਰਾਇਲ ਕਰਾਏ ਤੇ ਸਜ਼ਾਵਾਂ ਵੀ ਹੋ ਗਈਆਂ ਪਿਛਲੇ ਸਾਲ ਕਿਉਂਕਿ ਉਹਨਾਂ 'ਚ ਸਿਆਸਤ ਨਹੀਂ ਹੋਈ ਇਹ ਅੱਜ ਤੱਕ ਕਿਉਂ ਉਲਝਿਆ ਹੋਇਆ ਹੈ ਕੌਮਸ ਇਨਸਾਫ ਤੋਂ ਕਿਉਂ ਵਾਂਜੀ ਹੈ ਕਿਉਂਕਿ ਇਨ੍ਹਾਂ ਮੁੱਦਿਆਂ ਤੇ ਇਨ੍ਹਾਂ ਕੇਸਾਂ ਦੇ ਵਿੱਚ ਕੇਵਲ ਤੇ ਕੇਵਲ ਸਿਆਸਤ ਹੋਈ ਹੈ ਜਦੋਂ ਦਾ ਅਕਾਲੀ ਦਲ ਦੀਆਂ ਸਰਕਾਰਾਂ ਸੀ ਉਦੋਂ ਤਾਂ ਪੰਜਾਬ ਦੀ ਇਨਵੈਸਟੀਗੇਸ਼ਨ ਨਹੀਂ ਮੰਜੂਰ ਸੀ ਉਦੋਂ ਸੀਬੀਆਈ ਚੰਗੀ ਸੀ ਜਦੋਂ ਸਰਕਾਰ ਆਪਦੀ ਬਣ ਗਈ ਉਦੋਂ ਸੀਬੀਆਈ ਮਾੜੀ ਹੋ ਗਈ ਸੀਬੀਆਈ ਤੋਂ ਇਨਵੈਸਟੀਗੇਸ਼ਨ ਲਿਆਓ ਸੋ ਮੈਂ ਇਹ ਗੱਲ ਕਰਨੀ ਚਾਹੁੰਦਾ ਜਿਹੜੇ ਮੈਂ ਕੱਲ ਵੇਖ ਰਿਹਾ ਸੀ ਤੁਹਾਡੇ ਇਹਨਾਂ ਤੇ ਵੀ ਮੋਰਚੇ ਤੇ ਬੈਠੇ ਕੁਛ ਵੀਰ ਅਜ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਕਿਉਂਕਿ ਉਹਦੇ ਪਿਤਾ ਜੀ ਦਾ ਬੜਾ ਸਤਕਾਰ ਹੈ ਜੀਨੇ ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਵਿਰੁੱਧ ਲੜਦੇ ਆ ਜਿਹਦੀ ਜਾਨ ਗਈ ਕ੍ਰਿਸ਼ਨ ਭਗਵਾਨ ਸਿੰਘ ਮੈਂ ਉਹਦੇ ਪੁੱਤਰ ਦੀ ਦੇਖ ਰਿਹਾ ਸੀ ਵੀਡੀਓ ਸੁਖਰਾਜ ਸਿੰਘ ਬੜਾ ਬੋਲ ਰਿਹਾ ਸੀ ਕਹਿੰਦਾ ਜੀ ਆ ਤਾਂ ਪਬਲਿਕ ਡੋਮੇਨ 'ਚੋਂ ਨਾ ਆ ਗਏ ਦੋਸ਼ੀਆਂ ਦੇ ਇਹ ਵੇਖੋ ਕੰਬ ਰੇ ਐ ਇਹਨਾਂ ਦੇ ਬੁੱਲ ਕੰਬ ਰੇ ਐ ਸਾਰਾ ਕੁਝ ਹੁਣ ਪਬਲਿਕ ਡੋਮੇਨ 'ਚ ਆ ਗਿਆ ਮੈਂ ਉਹਨੂੰ ਦੱਸਣਾ ਚਾਹਣਾ ਮੇਰੇ ਵੀਰ ਹਜੇ ਬਹੁਤ ਕੁਝ ਐ ਜਿਹੜਾ ਪਬਲਿਕ ਡੋਮੇਨ 'ਚ ਨਹੀਂ ਐ ਮੇਰਾ ਮੂੰਹ ਨਾ ਖਲਾ ਇਸੇ ਕਰਕੇ ਚੁੱਪਾਂ ਕਿ ਤੇਰੇ ਪਿਤਾ ਦਾ ਸਤਕਾਰ ਹੈ ਜਿਨੇ ਕੌਮ ਪਿੱਛੇ ਸ਼ਹਾਦਤ ਦਿੱਤੀ ਹੈ ਤੇ ਜੇ ਮੈਂ ਸਾਰਾ ਕੁਝ ਪਬਲਿਕ ਡੋਮੇਨ ਚ ਰੱਖਤਾ ਤੇ ਫਿਰ ਕਿਸੇ ਨੂੰ ਮੂੰਹ ਦਿਖਾਉਣ ਲੈਕ ਨਹੀਂ ਰਹਿਣਾ ਤੇ ਉਹਨੂੰ ਵੀ ਪਤਾ ਮੈਂ ਕੀ ਜ਼ਿਕਰ ਕਰ ਰਿਹਾ ਇਹ ਸਿਆਸਤਾਂ ਬੰਦ ਹੋਣੀਆਂ ਚਾਹੀਦੀਆਂ ਐਸ ਮੁੱਦੇ ਤੇ 7 ਸਾਲ ਬੜੀ ਪੀੜਾ ਹੰਡਾ ਲਈ ਕੌਮ ਨੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਸਰਕਾਰ ਵੀ ਹੱਥ ਬੰਨੇ ਪੰਜਾਬ ਨੂੰ ਬਲਦੀ ਅੱਗ ਚ ਨਾ ਸਿੱਟੋ ਧਿਆਨ ਜਿਹੜਾ ਹੈ ਨਾ ਇਹ ਧਿਆਨ ਭਟਕਾਉਣ ਨਾਲ ਤੁਸੀਂ ਵਕਤੀ ਤੌਰ ਤੇ ਤਾਂ ਲੋਕਾਂ ਦਾ ਧਿਆਨ ਭਟਕਾ ਸਕਦੇ ਹੋ ਝੂਠੇ ਚਲਾਨ ਪੇਸ਼ ਕਰਕੇ ਜਾਂ ਇਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ ਕਿ ਜਿਹੜੇ ਕੇਸ ਹੀ ਵੱਖਰੇ ਵੱਖਰੇ ਆ ਉਹਨਾਂ ਨੂੰ ਤੁਸੀਂ ਆਪਦਾ ਪ੍ਰਚਾਰ ਕਰਕੇ ਹੋਰ ਰੰਗਤ ਦੇਣ ਦੀ ਕੋਸ਼ਿਸ਼ ਕਰੋ ਪਰ ਉਹ ਧਿਆਨ ਭਟਕਾਉਣ ਨਾਲ ਪੰਜਾਬ ਦੇ ਹਾਲਾਤ ਨਹੀਂ ਠੀਕ ਹੋਣੇ ਅੱਜ ਹਰ ਬੰਦਾ ਘਰੋਂ ਨਿਕਲਣੋਂ ਡਰਦਾ ਹੈ ਅੱਜ ਹਰ ਬੰਦਾ ਇਨਸਿਕਿਉਰ ਫੀਅਰ ਕਰ ਰਿਹਾ ਪੰਜਾਬ 'ਚ ਅੱਗੇ ਤਾਂ ਆਪਾਂ ਆਪਣੇ ਬੱਚਿਆਂ ਦਾ ਭਵਿੱਖ ਸੋਚਦੇ ਸੀ ਅੱਜ ਆਪਦਾ ਭਵਿੱਖ ਨਹੀਂ ਇੱਥੇ ਪਤਾ ਲੱਗ ਰਿਹਾ ਕੀ ਬੰਨਣਾ ਸੋ ਮੈਂ ਬੇਨਤੀ ਕਰਦਾ ਜਿਹੜੀਆਂ ਸਾਡੇ ਤੇ ਆ ਝੂਠੇ ਪਰਚੇ ਇਹ ਬੜੇ ਬਥੇਰੇ ਅਕਾਲੀ ਦਲ ਨੇ ਪਹਿਲਾਂ ਵੀ ਇਹੋ ਜਿਹੀਆਂ ਲੜਾਈਆਂ ਲੜੀਆਂ ਇਹ ਅਸੀਂ ਲੜ ਲਾਂਗੇ ਕੋਈ ਨਹੀਂ ਤੁਸੀਂ ਪਾ ਦਿਓ ਜਿਹੜਾ ਝੂਠਾ ਪਾਉਣਾ ਸੀ ਪਾਤਾ ਪਰ ਸਰਕਾਰ ਆਪਦੀ ਮੁਟਲੀ ਜ਼ਿੰਮੇਵਾਰੀ ਜਿਹਦੇ ਪਿੱਛੇ ਸਰਕਾਰ ਨੂੰ ਚੁਣਿਆ ਲੋਕਾਂ ਨੇ ਪੰਜਾਬ ਦੇ ਵਿੱਚ ਅਮਨ ਕਾਨੂੰਨ ਭਾਈਚਾਰਕ ਸਾਂਝ ਕਾਇਮ ਰੱਖੋ ਅਕੱਲ ਪਰਸੋਂ ਇਨਵੈਸਟਮੈਂਟ ਸਮਿਟ ਕਰਾ ਕੇ ਹਟੇ ਆ। ਇੱਕ ਕੰਪਨੀ ਨੇ ਬਹੁਤੀਆਂ ਤਾਂ ਆਈਆਂ ਹੀ ਨਹੀਂ। ਸਭ ਤੋਂ ਵੱਡਾ ਇਹਨਾਂ ਨੇ ਨਾਮ ਪ੍ਰਕਾਸ਼ਿਤ ਕੀਤਾ ਕਿ ਡਾਕਟਰ ਨਰੇਸ਼ ਤਰੇਹਣ ਆ ਗਿਆ ਜੀ ਸਾਡੇ ਇੱਥੇ ਜਿਹਨੇ ਵਿਦਾਂਤਾ ਹਸਪਤਾਲ ਉਹ ਇੰਡਸਟਰੀਅਲਿਸਟ ਥੋੜੀ ਹੈ। ਹੀ ਇਜ਼ ਅ ਡਾਕਟਰ। ਹਉ ਕਿਹੜਾ ਇੰਡਸਟਰੀਅਲਿਸਟ ਹੈ? ਮੈਂ ਸ਼੍ਰੋਮਣੀ ਅਕਾਲੀ ਦਲ ਵੇਲੇ ਦੀਆਂ ਫੋਟੋਆਂ ਵੇਖ ਰਿਹਾ ਸੀ। ਬਾਲ ਸਾਹਿਬ ਨਾਲ ਇੱਕ ਪਾਸੇ ਅੰਬਾਨੀ ਮੁਕੇਸ਼ ਸ਼ੰਭਾਨੀ ਦੂਜੇ ਪਾਸੇ ਰਾਹੁਲ ਬਾਜਾਜ ਆਈਟੀਸੀ ਦਾ ਉਹ ਦਵੇਸ਼ਵਰ ਜੀ ਇਹੋ ਜਿਹੇ ਕਦਾਵਰ ਨਾਮੀ ਇੰਡਸਟਰੀਅਲਿਸਟ ਆਉਂਦੇ ਸੀ ਇਨਵੈਸਟ ਕਰਨ ਨੂੰ ਪੰਜਾਬ ਚ ਅੱਜ ਕੋਈ ਔਨ ਨੂੰ ਤਿਆਰ ਨਹੀਂ ਇੱਕ ਵੀ ਐਮਓਯੂ ਸਾਈਨ ਨਹੀਂ ਹੋਇਆ ਕਹਿੰਦੇ ਜੀ ਅਸੀਂ ਐਮਓਯੂ ਤਾਂ ਕਰਨਾ ਹੀ ਨਹੀਂ ਸੀ ਅਸੀਂ ਤਾਂ ਕਰਨਾ ਸੀ ਮੈਮੋਰੈਂਡਮ ਆਫ ਦਿਲ ਸੇ ਇਹ ਯਾਰ ਮੈਨੂੰ ਤਾਂ ਲੱਗਦਾ ਇਹੋ ਜਿਹੇ ਬਿਆਨ ਇਹੋ ਜਿਹੀਆਂ ਚੀਜ਼ਾਂ ਚਲਾਉਣ ਵੀ ਜੇ ਵੇਖੋ ਇਹ ਮੈਨੂੰ ਤਾਂ ਇਹ ਭਗਵੰਤ ਮਾਨ ਦਾ 8 ਵਜੇ ਤੋਂ ਬਾਅਦ ਲਿਖਿਆ ਲੱਗਦਾ ਹਾਲਾਤ ਐ ਕੋਈ ਪੰਜਾਬ ਦੇ ਸੋ ਲੋਕ ਇੱਕ ਪਾਸੇ ਇਨਵੈਸਟਰ ਸਮਿਟ ਚੱਲ ਰਿਹਾ ਦੂਜੇ ਪਾਸੇ ਉਹ ਅਮਰਿਤਪਾਲ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਠਾਣੇ ਤੇ ਕਬਜ਼ਾ ਕਰੀ ਜਾਂਦਾ ਕੌਣ ਇੱਥੇ ਇਨਵੈਸਟ ਕਰੂਗਾ ਇੱਥੋਂ ਤਾਂ ਲੋਕ ਬਾਹਰ ਨੂੰ ਤੁਰੇ ਜਾਂਦੇ ਆ ਮੈਂ ਤਾਂ ਹੈਰਾਨ ਐ ਯੂਪੀ ਦੇ ਬਿਹਾਰ ਚੋਂ ਇੰਡਸਟਰੀ ਪੰਜਾਬ ਚ ਆਉਂਦੀ ਹੁੰਦੀ ਸੀ ਅੱਜ ਰਿਵਰਸ ਮਾਈਗ੍ਰੇਸ਼ਨ ਹੋ ਗਈ ਆ ਉਧਰ ਨੂੰ ਸੋ ਇਹ ਹਾਲਾਤ ਸਰਕਾਰ ਦੀ ਜ਼ਿੰਮੇਵਾਰੀ ਐ ਸਰਕਾਰ ਕਾਬੂ ਪਾਵੇ ਇਹਨਾਂ ਤੇ ਨਹੀਂ ਤਾਂ ਲੋਕ ਬੜਾ ਵੱਡਾ ਸੰਘਰਸ਼ ਕਰਨਗੇ ਤੇ ਸਰਕਾਰ ਨੂੰ ਆਪਦੇ ਮੂੰਹ ਦੀ ਖਾਣੀ ਪਈ।